1967 तो लैके अज 2011 आ गया 43 साल बच्च कॉमरेड सुरजीत दे स्कूलिंग लाजू जिहड़ी है 21 दिन में उन्हां दा स्कूल लाया 3 स्कूल लाए आ एक महीना उन्हां दा जेल बच्च रहण दा मौका मिलिया उहदे आधार ते मैं समझदा कि जो कुछ उन्हें मैनूं सिखाया सी उहदे मुताबक मैं काम नहीं कर सकया मेरे घरेलू हालात ठीक नहीं सी मेरियां भैणां ब्याहुण वालियां सी सो कई तरह के हालात होंदे आ कुछ बंदियां नूं चंगा काम करन दा मौका मिल जांदा कुछ नूं नहीं मिलदा पर ਉਹਨਾਂ 'ਤੇ ਵੀ ਮਾੜੇ ਹਾਲਾਤ ਆਏ ਘਰ 'ਤੇ ਚੰਗੇ ਵੀ ਆਏ ਬਹੁਤ ਚੰਗੇ ਵੀ ਆਏ ਮਾੜੇ ਵੀ ਆ ਸਕਦੇ ਗਾ ਇੱਕੋ ਹੀ ਗੱਲ ਉਹਨੇ ਸਿਖਾ ਲਈ ਆ ਜ਼ਿੰਦਗੀ 'ਚ ਮੈਂ ਨਹੀਂ ਬਹੁਤਾ ਕਰੀਦਾ ਜਿਹੜੀ ਮੈਂ ਆ ਇਹ ਹਉਮੈ ਆ ਇਹ ਬੰਦੇ ਨੂੰ ਨੀਵਾਂ ਕਰਦੀ ਆ ਉਹਨੇ ਇਹ ਕਹਿੰਦੇ ਹੁੰਦੇ ਵੀ ਜੇ ਤੂੰ ਬਹੁਤ ਤਕੜਾ ਭਲਵਾਨ ਆ ਮੂੰਹੋਂ ਨਹੀਂ ਕਹੀਦਾ ਲੋਕਾਂ ਨੂੰ ਦੀਦਾ ਹੁੰਦਾ ਸੋ ਕਦੀ ਵੀ ਮੈਂ ਉਹਨਾਂ 'ਚ ਹੰਕਾਰ ਦਾ ਜਾਂ ਕਿਸੇ ਗੱਲ ਦੀ ਹਉਮੈ ਨਹੀਂ ਦੇਖੀ ਦੂਜਾ ਉਹਨੇ ਇਹੀ ਸਿਖਾ ਲਿਆ ਵੀ ਲਾਈਫ ਵਿੱਚ ਸਾਦਗੀ ਅਤੇ ਸੰਤੁਸ਼ਟ ਹੋਣਾ ਚਾਹੀਦਾ ਤੁਸੀਂ ਜਿਸ ਵੀ ਹਾਲਾਤ ਵਿੱਚ ਸੰਤੁਸ਼ਟ ਦਾ ਮਤਲਬ ਇਹ ਆ ਵੀ ਜੇ ਇੱਕ ਰੋਟੀ ਨਾਲ ਗੁਜ਼ਾਰਾ ਹੁੰਦਾ ਇੱਕ ਨਾਲ ਹੀ ਕਰ ਲੈਣਾ ਚਾਹੀਦਾ ਔਰ ਉਹਨੇ ਕੀਤਾ ਆਪਣੀ ਲਾਈਫ 14 ਸਾਲ ਜੇਲ੍ਹ ਕੱਟੀ ਆ ਸੋ ਉਹਨਾਂ ਦੀਆਂ ਸਿਫਤਾਂ ਜਿੰਨੀਆਂ ਵੀ ਕਰ ਲਈਏ ਉਨੀਆਂ ਥੋੜ੍ਹੀਆਂ ਬਾਕੀ ਉਹਨੇ ਆਪਣੀ ਜ਼ਿੰਦਗੀ ਮਾਰ ਸਵਾਦ ਲੈਣ ਬਾਅਦ ਦੇ ਵਿਚਾਰਾਂ ਨੂੰ ਅਰਪਣ ਕੀਤੀ ਆ ਅਸੀਂ ਉਸ ਯੋਧੇ ਨੂੰ ਸਦਾ ਹੀ ਚੇਤੇ ਕਰਦੇ ਰਵਾਂਗੇ ਔਰ ਉਹਨੇ ਵਿਚਾਰਾਂ 'ਚ ਬਹੁਤ ਗੱਲਾਂ ਕਰਦੇ ਆ ਲੋਕ ਰਸ਼ੀਆ ਡਿੱਪਿਆ ਹੁਣ ਅਮਰੀਕਾ ਨਾ ਹੋ ਜਾਣਾ ਹੋ ਜਾਣਾ ਸਾਨੂੰ ਪਤਾ ਕੀ ਹੋਣਾ ਇਸ ਕਰਕੇ ਇਹਨਾਂ ਵਿਚਾਰਾਂ ਨੇ ਪਲਪਣਾ ਆ ਸਮੱਸਿਆਵਾਂ 'ਤੇ ਸਮੱਸਿਆਵਾਂ ਖੜੀਆਂ ਦੁਨੀਆਂ 'ਚ ਹਰ ਸਮਾਜ ਵਿੱਚ ਰਾਹ ਇਹੀ ਆ ਇਸ ਰਾਹ ਤੋਂ ਬਿਨਾਂ ਜੇ ਜ਼ਿੰਦਗੀ 'ਚ ਇਹ ਕੰਮ ਨਹੀਂ ਨਾ ਕਰਨਾ ਵੀ ਚੰਗਾ ਕੰਮ ਹੋਵੇ ਮਤਲਬ ਸਮਾਜ ਦੇ ਬਹੁਤੇ ਲੋਕ ਸੁਖੀ ਹੋ ਜਾਣ ਜੇ ਮੱਧ ਵਰਗ ਦੇ ਲੋਕਾਂ ਲਈ ਜਾਂ ਗਰੀਬ ਲੋਕਾਂ ਲਈ ਜਾਂ ਜੀਵਨ ਦੀਆਂ ਜੀਵਨ ਸਹੂਲਤਾਂ ਲਈ ਕੰਮ ਨਹੀਂ ਨਾ ਕਰਨਾ ਫਿਰ ਕੋਈ ਫਾਇਦਾ ਨਹੀਂ ਜੀਣ ਦਾ ਬਹੁਤ ਰਾਜੇ ਇੱਥੇ ਆਏ ਆ ਅਤੇ ਬਹੁਤ ਰਾਜਿਆਂ ਨੇ ਆਉਣਾ ਲੋਕ ਉਹਨਾਂ ਨੂੰ ਯਾਦ ਕਰਨਗੇ ਜਿਵੇਂ ਕਿ ਕਾਮਰੇਡ ਸੁਰਜੀਤ ਵੀ ਇੱਕ ਗਰੀਬ ਪਰਿਵਾਰ 'ਚ ਉੱਠ ਕੇ ਇੱਥੇ ਤੱਕ ਆਪਣੀ ਸੋਚ ਚਲ ਗਿਆ ਥੈਂਕ ਯੂ ਸਾਰਿਆਂ ਦਾ ਅਤੇ ਮੈਂ ਆਉਂਦੇ ਸਾਲ ਫਿਰ ਤੁਹਾਡੇ ਤੋਂ ਆਸ ਰੱਖਦਾ ਕਿ ਤੁਸੀਂ ਉਹਨਾਂ ਦੀ ਵਾਰਸੀ ਦੇ ਜਿਹੜਾ ਫਿਰ ਦੁਬਾਰਾ ਥੈਂਕ ਯੂ